ਦੇ ਧਾਫੀ ਲੀਗ ਉਹਨੂੰ ਨਿਪਟਾਇਆ। ਫਿਰ ਤਾਂ ਮੈਂ ਵਾਪਸ ਇੰਡੀਆ ਪਹੁੰਚ ਗਈ ਜਿੱਦਾਂ ਕਰਵਾਉਣਾ ਸੀਗਾ। ਉਦੋਂ ਇੰਤਾਂ ਤਿਆਰੀਆਂ ਚੱਲ ਰਹੀਆਂ ਸੀ ਹੁਣ ਮੈਂ ਫੇਰ ਤੋਂ ਪੈਕਿੰਗ ਕਰਨ ਲੱਗ ਕੇ। ਕਿਉਂ ਕਿ ਕਿਉਂ ਕਿ ਕਰ ਰਹੀਆਂ ਮੈਂ ਘਰ ਸ਼ਿਫਟ ਘੇੜ ਲਾਤਾ ਘਰ ਤੇ ਘਰ ਦੇ ਆ ਨੇ ਸਮਾਨ ਪੈਕ ਕਰਤਾ ਹੀ ਹੁਣ ਪਤਾ ਨਹੀਂ ਮੈਂ ਕੀ ਕਰਨਾ ਮੈਨੂੰ ਵੀ ਨਹੀਂ ਪਤਾ। ਆਮ ਟ੍ਰਾਈਂਗ ਸੋ ਅੱਜ ਮੇਰੀ ਲਾਸਟ ਨਾਈਟ ਆ ਇਸ ਘਰ ਦੇ ਵਿੱਚ ਜਿੱਥੇ ਮੈਂ ਰਹਿ ਰਹੀ ਆ ਤੇ ਅੱਜ ਮੇਰੀ ਰੂਮ ਮੇਟ ਵੀ ਹੈ ਨਹੀਂ ਉਹ ਵੀ ਕਿਤੇ ਗਏ ਹੋਏ ਆ I don't know where ਮਤਲਬ ਮੈਂ ਕੀ ਕਹਿਣਾ ਇਹ ਤੁਹਾਨੂੰ ਅੱਜ ਐਡਾ ਦੀ ਫੀਲਿੰਗ ਆ ਜਿਵੇਂ ਮੈਂ ਇਸ ਘਰ ਪਹਿਲੀ ਵਾਰ ਆਈ ਸੀ ਉਦੋਂ ਵੀ ਮੈਂ ਇਕੱਲੀ ਰਹਿ ਰਹੀ ਸੀ ਤੇ ਅੱਜ ਮੇਰੀ ਲਾਸਟ ਨਾਈਟ ਆ ਇੱਥੇ ਤੇ ਮੈਂ ਅੱਜ ਵੀ ਇਕੱਲੀ ਆ ਮਤਲਬ ਜਦੋਂ ਮੈਂ ਇੱਥੇ ਆਈ ਸੀਗੀ ਨਾ ਤੇ ਉਦੋਂ ਦੀ ਫੀਲਿੰਗ ਬੜੀ ਹੋਰ ਤਰ੍ਹਾਂ ਦੀ ਸੀ ਮਤਲਬ ਲਿਵਰੀ ਪਹਿਲਾ ਦਿਨ ਜਦੋਂ ਮੈਂ ਘਰੋਂ ਦੂਰ ਕਿਤੇ ਰਹੀ ਸੀਗੀ ਦੂਰ ਕੀ ਬਹੁਤ ਦੂਰ ਉਹ ਇਸ ਕਰ ਤੁਸੀਂ ਪਰ ਹੁਣ ਇੱਥੇ ਆ ਗਏ ਆ ਤਾਂ ਅੱਗੇ ਤੋਂ ਅੱਗੇ ਜ਼ਿੰਦਗੀ ਦੀ ਚਲਣੀ ਆ ਸਾਡੀ ਤੇ ਅਸੀਂ ਸਾਰੇ ਜਾਣੇ ਮਤਲਬ ਸਹੀ ਰਹੀਏ ਯਾਰ ਘੱਟ ਦੂਰ ਆਪਣਾ ਧਿਆਨ ਆਪ ਹੀ ਰੱਖਣਾ ਪੈਂਦਾ ਸਾਰਾ ਕੁਝ ਆਪ ਹੀ ਮੈਨੇਜ ਕਰਨਾ ਪੈਂਦਾ ਹੈ ਤੇ ਇਹਦੇ ਨਾਲ ਹੀ ਆਪਾਂ ਜ਼ਿੰਦਗੀ ਚ ਅੱਗੇ ਵਧਣ ਦੀ ਮਤਲਬ ਸਹੀ ਤਰੀਕੇ ਸਿੱਖਦੇ ਆ ਆਪਾਂ ਇਹ ਸਾਡੇ ਐਕਸਪੀਰੀਅੰਸ ਆ ਇਹ ਲੈਸਨਸ ਆ ਜਿਹੜੇ ਸਾਨੂੰ ਜ਼ਿੰਦਗੀ ਸਿਖਾ ਰਹੀ ਆ ਸਾਨੂੰ ਮਤਲਬ ਹੋਰ ਵਧੀਆ ਬਣਾਉਣ ਲਈ ਲਾਈਕ ਜਦੋਂ ਪਾਲਿਸ਼ ਕੀਤੇ ਜਾ ਰਹੇ ਆ ਅਸੀਂ ਇਸ ਟਾਈਮ ਜਦੋਂ ਪਾਲਿਸ਼ ਕਰਕੇ ਆਪਾਂ ਸਾਰੀਆਂ ਚੀਜ਼ਾਂ ਤੋਂ ਅੱਗੇ ਨਿਕਲਣਾ ਫਿਰ ਆਪਾਂ ਯੂ نو ਮਤਲਬ ਅਸੀਂ ਸਕਸੈਸ ਵਾਲੇ ਰਸਤੇ ਤੇ ਆਂ ਸ਼ਾਟ ਤੇ ਜਦੋਂ ਇਹ ਸਾਰੇ ਟੈਸਟ ਜਿਹੜੇ ਰੱਬ ਲੈ ਰਿਆ ਆ ਇਹ ਆਪਾਂ ਪਾਸ ਕਰਕੇ ਰੱਖਣਾ ਫਿਰ ਆਪਾਂ ਸਕਸੈਸਫੁਲ ਬਣਾਂਗੇ ਸਾਡੇ ਇੱਥੇ ਦੀ ਜ਼ਿੰਦਗੀ ਵਧੀਆ ਵੀ ਆ ਮਤਲਬ ਮੈਂ ਜਿਹੜੀ ਘਰ ਘਰ ਹੁੰਦੀ ਸੀ ਜਦੋਂ ਘਰ ਤੋਂ ਕਾਲਜ ਤੱਕ ਵੀ ਕਦੇ ਇਕੱਲੀ ਨਹੀਂ ਗਈ ਘਰ ਦੇ ਨਾਲ ਜਾਂਦੀ ਹੁੰਦੀ ਸੀ ਹੁਣ ਇੱਥੇ ਸਾਰਾ ਕੁਝ ਇਕੱਲੀ ਮੈਨੇਜ ਕਰਦੀ ਪਈਆ ਮਤਲਬ ਮੈਂ ਇੰਡੀਪੈਂਡੈਂਟ ਬਣ ਗਈ ਬਸ ਘਰਦਿਆਂ ਤੇ ਤਾਂ ਮੈਂ ਹੁਣ ਵੀ ਡਿਪੈਂਡ ਆ ਮਤਲਬ ਜਦੋਂ ਮੈਂ ਕੋਈ ਵੀ ਡਿਸੀਜਨ ਲੈਣਾ ਮੈਂ ਹੁਣ ਵੀ ਘਰ ਫੋਨ ਕਰਕੇ ਪਾਪਾ ਨੂੰ ਪੁੱਛਦੀ ਆਂ ਦੱਸਦੀ ਆਂ ਸਾਰਾ ਕੁਝ ਮਮਾ ਨੂੰ ਪਾਪਾ ਨੂੰ ਸਾਰਿਆਂ ਨੂੰ ਦੱਲੀ ਪਰ ਫਿਰ ਵੀ ਮਤਲਬ ਸਾਰਾ ਕੁਝ ਘਰ ਮੈਂ ਖੁਦ ਲਈ ਆਂ ਸੋ ਇੰਡੀਪੈਂਡੈਂਟ ਬਣ ਗਈ ਆਂ ਇੱਥੇ ਆ ਕੇ ਵਧੀਆ ਆਇਆ ਏ ਜ਼ਿੰਦਗੀ ਮਤਲਬ ਲੱਗ ਗਿਆ ਐਕਸਪੀਰੀਅੰਸ ਬਹੁਤ ਜ਼ਿਆਦਾ ਇੰਡੀਆ ਜਦੋਂ ਸੀ ਮੈਂ ਉਹਦੇ ਤੋਂ ਇੱਥੇ ਆ ਕੇ ਮੈਂ ਪੂਰੀ ਬਦਲ ਗਈ ਆਂ ਮਤਲਬ ਮੈਂ ਇੰਨੀ ਮਿਹਨਤੀ ਹੋ ਗਈ ਆਂ ਘਰ ਸਾਈ ਦੇੜੀ ਮੈਂ ਖਾਣਾ ਪੀਣਾ ਐਂਡ ਲੇਟੇਰੋ ਮੇਰੀ ਇਹ ਜ਼ਿੰਦਗੀ ਸੀਗੀ ਤੇ ਪਬਜੀ ਖੇਡੇ ਚੋ ਸਾਰੀ ਦਿਹਾੜੀ ਬਸ ਉਹਦੋਂ ਨਾ ਬਸ ਇੱਕੋ ਗੋਲਦ ਏਸ ਲੈਣਾ ਪੁੱਢੀ ਚ ਏਸ ਲੈਣਾ ਪਬਜੀ ਚ ਹੁਣ ਹੁਣ ਯੂਨੀਵਰਸਿਟੀ ਜਾਣਾ ਕੰਮ ਤੇ ਜਾਣਾ ਅਸਾਈਮੈਂਟ ਆ ਆਪਾਂ ਕਿ ਦਬੋਲ ਸਕਦੇ ਆ ਉਹ ਬਣਾਣੀਆਂ ਮਤਲਬ ਮੈਂ ਹੁਣ ਤੇ ਫਿਰ ਆ ਕੇ ਰੋਟੀ ਸਬਜੀ ਵੀ ਬਣਾਣੀ ਮਤਲਬ ਹੁਣ ਮੈਂ ਇੰਨੀ ਰਿਸਪੌਂਸੀਬਲ ਬਣ ਗਈ ਆ ਵਾਓ ਆਈ ਅਪਰੀਸ਼ੀਏਟ ਆਪਣੀ ਤਰੀਫ ਆ ਹਾਂ ਆਪਣੇ ਆਪ ਨੂੰ ਆਪ ਪਿਆਰ ਕਰੋ ਤੁਸੀਂ ਬਾਕੀਆਂ ਤੋਂ ਬਾਕੀਆਂ ਤੇ ਮਤਲਬ ਕਿ ਤੁਸੀਂ ਉਮੀਦ ਨਾ ਕਰੋ ਕਿ ਹਾਂ ਕਿਸੇ ਤੋਂ ਉਮੀਦ ਨਾ ਰੱਖੋ ਵੀ ਹਾਂ ਉਹ ਮੈਨੂੰ ਅਪਰੀਸ਼ੀਏਟ ਕਰਨਗੇ ਜਾਂ ਇਦਾਂ ਆਪਣੇ ਆਪ ਨੂੰ ਆਪ ਅਪਰੀਸ਼ੀਏਟ ਕਰੋ ਆਪਣੇ ਆਪ ਨੂੰ ਆਪ ਪਿਆਰ ਕਰੋ ਕਿਉਂਕਿ ਅਸੀਂ ਸਾਰੇ ਘਰਾਂ ਤੋਂ ਬੜੀ ਦੂਰ ਆ ਤੇ ਅਸੀਂ ਜੇ ਆਪਣੇ ਆਪ ਨੂੰ ਪਿਆਰ ਨਹੀਂ ਨਾ ਕਰੋਂਗੇ ਫਿਰ ਅਸੀਂ ਡਿਪਰੈਸ ਫੀਲ ਕਰਾਂਗੇ ਜਾਂ ਸਾਨੂੰ ਨਾ ਹਰ ਚੀਜ਼ 'ਚ ਬਹੁਤ ਸਟ्रेस ਲੱਗਣਾ ਜਦੋਂ ਆਪਣੇ ਆਪ ਨਾਲ ਪਿਆਰ ਹੁੰਦਾ ਨਾ ਬੰਦਾ ਆਪਣੇ ਆਪ ਨੂੰ ਆਪ ਹੀ ਪੁਸ਼ ਕਰਦਾ ਕਿ ਨਹੀਂ ਨਹੀਂ ਤੂੰ ਇਹ ਕਰ ਸਕਦੀ ਆ ਤੂੰ ਇਹ ਕਰ ਸਕਦਾ ਮਤਲਬ ਸਮਝ ਰਹੇ ਹੋ ਮੈਂ ਨਾ ਨਹੀਂ ਬੋਦੀ ਮੋਟੀਵੇਸ਼ਨਲ ਸਪੀਕਰ ਨਹੀਂ ਹੈਗੀ ਇਸ ਲਈ ਮੈਂ ਵਧੀਆ ਵਧੀਆ ਐਗਜ਼ਾਮਪਲ ਆ ਦੇ ਕੇ ਸਮਝਾ ਨਹੀਂ ਪਾ ਰਹੀ ਆਪਣੀ ਫੀਲਿੰਗ ਬਟ ਆਈ ਹੋਪ ਤੁਸੀਂ ਸਾਰੇ ਸਮਝ ਜਾਓਗੇ ਸ਼ਬਦਾਂ ਦੇਣਾ ਜਾਈਓ ਮੇਰੀ ਭਾਵਨਾ ਸਮਝਿਓ ਸੋ ਕੈਨੇਡਾ ਸਿਖਾ ਰਿਹਾ ਆ ਵਧੀਆ ਐਕਸਪੀਰੀਅੰਸ ਦੇ ਰਿਆ ਆ ਇਹ ਬੈਟਰ ਬਣਾ ਰਿਆ ਮੈਂ 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 ਪਹਿਲਾਂ ਬਹੁਤ ਬੈਟਰ ਸੀ ਵਾਸੇ ਬੈਸਟ ਐ ਮੈਂ ਬੈਟਰ ਨੇ ਬੈਸਟ ਐ ਫਿਰ ਇਹਨੂੰ ਮੈਨੂੰ ਹੋਰ ਵੈਸਟ ਬਣਾ ਦੇਣਾ ਤੇ ਜਦੋਂ ਤੱਕ ਜਦੋਂ ਮੈਂ ਆਪਣੇ ਘਰ ਜਾਣਾ ਨਾ ਅਗਲੇ ਆਨੇ ਕਹਿਣਾ ਕਿਦਾਂ ਦੀ ਭੇਜੀ ਸੀ ਕਿਦਾਂ ਦੀ ਬਣ ਕੇ ਆਈ ਮਤਲਬ ਐਡੀ ਜ਼ਿੰਮੇਵਾਰ ਹੋ ਗਈ ਰਿਸਪੌਂਸਿਬਲ ਹੋ ਗਈ ਸਾਡੀ ਕੁੜੀ ਨਹੀਂ ਹੁਣ ਵੀ ਪ੍ਰਾਉਡ ਤੇ ਬੜਾ ਕਰਦੇ ਹੋਣੇ ਮੇਰੇ ਤੇ ਮੈਨੂੰ ਪਤਾ ਪਮੈਂ ਕਹਿੰਦੇ ਕੁਦੇ ਨਹੀਂ ਹੈਗੇ ਯਾਨੀ ਤਰੀਫ਼ ਤੇ ਵੈਸੇ ਕਰਦੇ ਆ ਮੇਰੀ ਮਤਲਬ ਮੈਂ ਤਾਂ ਪਹਿਲਾਂ ਵੀ ਬਹੁਤ ਕਰਦੇ ਸੀ ਬਟ ਕਾ ਯਾਰ ਜਦੋਂ ਮੈਂ ਆਉਂਦੀ ਸੀ ਨਾਲਾ ਲੱਗਦਾ ਸੀ ਕਿ ਮਤਲਬ ਆਗਲਿਆ ਇਤਨੀ ਕੁਸ਼ ਮਤੇ ਕੁਸ਼ ਹੋਣਾ ਇਹ ਉਦਾਂ ਉਸ ਵੇਚ ਨਹੀਂ ਮਤਲਬ ਕਿ ਉਹਨੂੰ ਲੱਗਦਾ ਯਾਰ ਮੈਂ ਜਿੰਦਾ ਮਤਲਬ ਲੱਲੂ ਜਈਆਂ ਪੋਲੂ ਜਈਆਂ ਤੇ ਮੈਨੂੰ ਨਹੀਂ ਨਹੀਂ ਸਮਝ ਹੈਗੀ ਪਰ ਇੱਥੇ ਆ ਕੇ ਉਹ ਚੀਜ਼ਾਂ ਹੈਂਡਲ ਕਰਦੀ ਆ ਨਾ ਤੇ ਫਿਰ ਬੜੇ ਖੁਸ਼ ਹੁੰਦੇ ਆ ਕਿ ਹਾਂ ਮम्मा ਕਹੋਗੇ ਕਿ ਮੈਨੂੰ ਨਹੀਂ ਪਤਾ ਸੀਗਾ ਕਿ ਤੈਨੂੰ ਤੂੰ ਇਦਾਂ ਆ ਤੂੰ ਅਦਾਂ ਆ ਮਿੰਟ ਲੱਦਾ ਸੀ ਤੂੰ ਇਦਾਂ ਹੀ ਆ ਲੱਲੂ ਜਈ ਹੁਣ ਮੈਂ ਸਾਰਾ ਕੁਝ ਆਪ ਕਰ ਲਿਆ ਤੇ ਫਿਰ ਪ੍ਰਾਊਡ ਕਰਦੇ ਨੇ ਮਸਤ ਵੀ ਜਿਹੜਾ ਇੰਨਾ ਸਾਰਾ ਸਿਰ ਖਾ ਲਿਆ ਇਹ ਦੇ ਲਈ ਨਹੀਂ ਮੈਂ ਅਪੋਲੋਜੀਸ ਨਹੀਂ ਦੇ ਰਹੀ ਕਿਉਂਕਿ ਮੈਨੂੰ ਪਤਾ ਜਦੋਂ ਜਿਹੜੇ ਇੰਡੀਆ ਬੈਠੇ ਬੱਚੇ ਤੇ ਜਿਹੜੇ ਇੱਥੇ ਹੈਗੇ ਤੁਸੀਂ ਸਾਰਿਆਂ ਤੁਹਾਡੇ ਸਾਰਿਆਂ ਦੀ ਵੀ ਇਹ ਫੀਲਿੰਗ ਹੈ ਇੱਕ ਨਾ ਇੱਕ ਦਿਨ ਇੱਥੇ ਕੈਨੇਡਾ ਜਦੋਂ ਤੁਸੀਂ ਹੁੰਨੇ ਹੁੰਦੇ ਹੋ ਦਾ ਜਾਂ ਹੈਗੇ ਹੋ ਜਾਂ ਹੋਵੋਗੇ ਕੈਨੇਡਾ ਤਾਂ ਇਹ ਜੀਂਦਾ ਤੁਸੀਂ ਵੀ ਇੱਕ ਦਿਨ ਫੀਲ ਕਰਨੀ ਆ ਮਤਲਬ ਮੈਨੂੰ ਆਏ ਨੂੰ ਇੱਥੇ ਅੱਜ ਪੂਰੇ 2 ਮਹੀਨੇ ਹੋ ਗਏ ਆ ਐਂਡ ਜੋ ਮੈਂ ਮਤਲਬ ਸਹੀ ਦੱਸਾਂ ਜਦੋਂ ਮੈਂ ਨਾ ਫਰਸਟ ਮੰਥ ਸੀਗਾ ਇੱਥੇ ਫਰਸਟ ਮੰਥ ਦਾ ਫਰਸਟ ਵੀਕ ਮੈਂ ਬੜੀ ਉਲਝੀ ਹੁੰਦੀ ਸੀ ਨਾ ਬੱਸਾਂ ਦਾ ਸਿਸਟਮ ਪਤਾ ਲੱਗਣਾ ਮਤਲਬ ਉਹ ਤਾਂ ਮੈਨੂੰ ਵੈਸੇ ਮਹੀਨਾ ਨਹੀਂ ਪਤਾ ਲੱਗਾ ਟੂ ਬੀਓ ਨੈਕਸਟ ਅਜੇ ਵੀ ਕਨਫਿਊਜ਼ ਹਾਂ ਯੇ ਨੈਮ ਪਰਸੋ ਚੋਸ ਕੰਮ ਤੋਂ ਘਰਾਂ ਲਈ ਬੱਸ ਤੇ ਬੈਠਣਾ ਸੀ ਤੇ ਥੱਕੀ ਏਡੀ ਫਈ ਸੀ ਗਲਤ ਬੱਸ 'ਚ ਬੈ ਗਈ ਸਿਡਨੀ ਦੀ ਬਜਾਏ ਸੀਬੀਯੂ ਪਹੁੰਚ ਗਈ ਉੱਤੋਂ ਦੀ ਮ ਉਸ ਬੱਸ 'ਚ ਵਾਪਸ ਵੀ ਨਹੀਂ ਆ ਪਾਈ ਬਿਲਕੁਲ ਉਹ बस ਗਲੇਸਬੇ ਵਾਲੀ ਸੀ ਉਹ ਸੀ ਬੀਯੂ ਤੋਂ ਬਾਅਦ ਗਲੇਸਬੇ ਜਾ ਰਹੀ ਸੀ ਤੇ ਫਿਰ ਮੈਂ ਉਥੇ ਸੀ ਬੀਯੂ ਉਤਰੀ ਫਿਰ ਸੀ ਬੀਯੂ ਤੋਂ ਸਿਡਨੀ ਦੀ ਬੱਸ ਲਈ 5-10 ਮਿੰਟ ਦੇ ਬਾਅਦ ਲੱਕੀਲੀ ਆ ਗਈ ਤੇ ਫਿਰ ਮੈਂ ਘਰ ਆਈ ਆ ਆ ਮੇਰਾ ਹਾਲ ਹੈ ਕੰਮ ਤੋਂ ਥੱਕੀ ਪਈ ਸੀਗੀ ਤੇ ਉਪਰ ਉਹਦੇ ਨਾਲ ਸਾਰਾ ਸਮਾਨ ਚੱਕਿਆ ਐਸਾ ਦਿਨ ਮੈਂ ਜੈਕਟਸ ਲੈ ਕੇ ਆਈ ਜੈਕਟਾ ਚੱਕਿਆ ਹੋਈਆਂ ਸੀ ਉਪਰ ਉਹਦੀ ਡਿਟਰਜੈਂਟ ਲੈ ਕੇ ਆਈ ਡਰਾਮਾ ਤੋਂ ਤੇ ਹੋਰ ਮੈਂ ਪਤਨੀ ਬਰੈਡ ਵਗੈਰਾ ਲਈ ਸੀ ਤਾਂ ਉਹ ਚੱਕਿਆ ਹੋਇਆ ਐਡੇ ਮੈ ਥੈਲੇ ਚੱਕ ਕੇ ਤਿੰਨ ਚਾਰ ਤੇ ਕੁੰਮਰੀ ਗਲਤ バス ਤੇ ਚੜ ਗਈ ਤੇ ਮਤਲਬ ਮੈਂ ਆਪਣੀ ਬਸ ਦਾ ਐਕਸਪੀਰੀਅੰਸ ਦੱਸਦੀ ਸੀ ਕਿ ਮੈਂ ਹਜੇ ਤੱਕ ਵੀ ਕਨਫਿਊਜ਼ ਹੀ ਰਹਿਨੀ ਆ ਬਸਾਂ ਦੇ ਵਿੱਚ ਪਹਿਲਾਂ ਤਾਂ ਮੈਨੂੰ ਮਹੀਨਾ ਇੱਕ ਨਾ ਬਸਾਂ ਦਾ ਟਾਈਮ ਦੇਖਣਾ ਨਹੀਂ ਆਇਆ ਸੀ ਬੀ ਆਰ ਐਮ ਦੇ ਜਿਹੜੀ ਵੈਬਸਾਈਟ ਆ ਉੱਥੋਂ ਦੀ ਫੇ ਹੁਣ ਤਾਂ ਪਰ ਮੈਨੂੰ ਆ ਗਿਆ ਆ ਤੇ ਹੁਣ ਮੈਂ ਜਦੋਂ ਸ਼ਿਫਟ ਕਰ ਰਹੀ ਹਾਂ ਨਵੀਂ ਜਗ੍ਹਾ ਪਹੁੰਚੋ ਨਾ ਉੱਥੇ ਤੋਂ ਮੈਨੂੰ ਫੇਰ ਕੰਫਿਊਜ਼ ਹੋ ਜਾਣਾ ਮੈਂ ਕਿ ਮੈਨੂੰ ਬੱਸ ਦਾ ਟਾਈਮ ਫੇਰ ਨਹੀਂ ਪਤਾ ਲੱਗਣਾ ਹੁਣ ਮੈਂ ਜਿਹੜੇ ਉੱਥੇ ਰਹਿੰਦੇ ਉਹਨਾਂ ਤੋਂ ਪੁੱਛੂੰਗੀ ਵੀ ਹਾਂ ਕਿਦਾਂ ਕੀ ਸਾਫਟਾਬ ਹੈ ਇਹ ਸਿਸਟਮ ਹੈ ਪਰ ਹੁਣ ਮੇਰੇ ਘਰ ਤੋਂ ਯੂਨੀਵਰਸਿਟੀ ਦਾ ਰਸਤਾ ਅੱਧੇ ਤੋਂ ਵੀ ਅੱਧਾ ਰਹਿ ਗਿਆ ਤੇ ਮੇਰਾ ਘਰ ਮੀ ਫਲੋਰ ਮਾਲ ਤੇ ਵਾਲਮਾਰਟ ਦੇ ਬਿਲਕੁਲ ਲੱਗ ਗਿਆ ਮੈਂ 10 ਮਿੰਟ ਚ ਤੁਰ ਕੇ ਕੰਮ ਤੇ ਪਹੁੰਚ ਜਾ ਕਰਨਾ no need of cab on sunday ਮੈਂ ਵਲੌਗ ਸਵੇਰੇ ਜਦੋਂ ਜਾਣ ਲੱਗੂੰਗੀ ਉਦੋਂ ਕੰਟੀਨਿਊ ਕਰੂੰਗੀ ਤੇ ਜੇ ਮੈਂ ਬਾਏ ਐਨੀ ਚਾਂਸ ਭੁੱਲ ਗਈ ਤੇ ਫਿਰ ਉਸ ਘਰ ਤੇ ਜਾ ਕੇ ਤੇ ਉਸ ਤੋਂ ਬਾਅਦ ਮੇਰੀ ਸ਼ਿਫਟ ਹੈ 2 ਤੋਂ 6 ਹੁਣ ਮੈਂ ਕੱਲ ਯੂਨੀਵਰਸਿਟੀ ਕਲਾਸ ਲਗਾਣ ਨਹੀਂ ਜਾ ਰਹੀ ਕਿਉਂਕਿ ਮੈਂ ਘਰ ਸ਼ਿਫਟ ਕਰਨਾ ਇੱਕ ਲੈਕਚਰ ਵੈਸੇ ਵੀ ਨਹੀਂ ਲੱਗਣਾ ਸੀ ਤੇ ਇੱਕ ਹੀ ਲੱਗਣਾ ਸੀ ਤੇ ਹੁਣ ਮੈਂ ਨਹੀਂ ਲਗਾਵਾ ਰਹੀ ਤੇ ਆਫਟਰ ਥੈਟ ਸ਼ਿਫਟ ਸ਼ਿਫਟ ਕਰਕੇ 2 ਵਜੇ ਸ਼ਿਫਟ ਤੇ ਜਾਣਾ ਹੈ ਮਤਲਬ ਕੱਲ 2 ਤੋਂ ਸ਼ਿਫਟ ਇੱਕ ਘਾੜੇ ਸ਼ਿਫਟ ਇੱਕ ਮੇਰੀ ਸ਼ਿਫਟ ਤੇ ਦੋ ਫਿਰ ਮੈਂ ਸ਼ਿਫਟ ਤੇ ਜਾਣਾ ਆ ਕਿਉਂਕਿ ਮੈਨੂੰ ਅੱਗੇ ਆਰਜ਼ ਪੂਰੇ ਨਹੀਂ ਮਿਲ ਰਹੇ ਤੇ ਫਿਰ ਜਿੰਨੇ ਕਿ ਮਿਲ ਰਹੇ ਬੰਦਾ ਉਹਨੇ ਇੱਕ ਤਾਂ ਲਾਵੇ ਨਾਲੇ ਅਗਲਿਆਂ ਨੂੰ ਲੱਗਦਾ ਵੀ ਹਾਂ ਬੰਦਾ ਰਿਸਪਾਂਸਿਬਲ ਆ ਵੀ ਅਸੀਂ ਕੋਈ ਉਹਨੇ ਹਜੇ ਤੱਕ ਛੁੱਟੀ ਨਹੀਂ ਕੀਤੀ ਆਪਣੀ ਸ਼ਿਫਟ ਕਿਸੇ ਹੋਰ ਨੂੰ ਨਹੀਂ ਟਰਾਂਸਫਰ ਕੀਤੀ ਦਿੱਤੀ ਨਹੀਂ ਆ ਸ਼ਿਫਟ ਤੋਂ ਤੇ ਇੱਕ ਉਹ ਜਿਹੜਾ ਮੇਰਾ ਪਲੇਸਟ ਕੀ ਬੋਲਿਆ ਮੈਂ ਯਾਰ ਇਹ ਮੈਨੂੰ ਪਤਾ ਨਹੀਂ ਕੀ ਹੁੰਦਾ ਜਦੋਂ ਮੈਂ ਵੀਡੀਓ ਬਣਾਉਂਦੇ ਨੇ ਅੱਗੇ ਵਿੱਚ ਚਲ ਸਹੀ ਬੋਲਦੀ ਆ ਤੇ ਵੀਡੀਓ ਚ ਫੰਬਲ ਵੱਜਣੇ ਵੱਜਣੇ ਆ ਜਿਹੜਾ ਮੇਰਾ ਪੇਸਟਪ ਦਾ ਰੋਲਾ ਸੀਗਾ ਉਹਦੇ ਲਈ ਵੀ ਮੈਨੂੰ ਮੈਨੇਜਰ ਨੇ ਮੰਡੇ ਨੂੰ ਫੇਰ ਬੁਲਾਇਆ ਮੈਨੂੰ ਉਦੋਂ ਉਹਨਾਂ ਨੇ ਯੂ نو ਸਲਿੱਪ ਜਿੱਤ ਬਣਾ ਕੇ ਦੇ ਦਿੱਤੀ ਸੀ ਬਟ ਹੁਣ ਉਹ ਬੈਂਕ ਦੇ ਵਿੱਚ ਟ੍ਰਾਂਸਫਰ ਉਹਨਾਂ ਨੇ ਹੁਣ ਮੰਡੇ ਨੂੰ ਕਰਾਉਗੇ ਯਾਨੀ ਕਿ ਕੱਲ ਤੇ ਹੁਣ ਕੱਲ ਨੂੰ ਫੇਰ ਮੈਂ ਮੈਨੇਜਰ ਨੂੰ ਵੀ ਮਿਲਣਾ ਸਮਾ ਸ਼ਿਫਟ ਤੇ ਟ੍ਰਾਂਸਫਰ ਕਿਸੇ ਵੀ ਹਾਲ ਵਿੱਚ ਕਿਸੇ ਹੋਰ ਨੂੰ ਕਰ ਨਹੀਂ ਰਹੀ ਆਪ ਹੀ ਜਾਣਾ ਆਲਾਸ ਫੇਰ ਇੱਕ ਜਰਾ ਬਦਨਾ ਲੈ ਕੇ ਮਿਸ ਕਰ ਦਾਂਗੀ ਹੁਣ ਕੀ ਕਰ ਸਕਦੇ ਆ ਯਾਰ ਇੱਥੇ ਇਦਾਂ ਹੀ ਚੱਲਣਾ ਪੈਣਾ ਕਿਉਂਕਿ ਹੁਣ ਮੈਂ ਇੱਕ ਕੰਮ ਕਰਨ ਵਾਲੇ ਬਹੁਤ ਸਾਰੇ ਆ ਤਾਂ ਫਿਰ ਮੈਨੂੰ ਮੈਨੇਜ ਕਰਨਾ ਪੈਣਾ ਪ੍ਰਾਇੋਰਟੀਜ਼ ਦੇਣੀ ਪੈਣੀਆਂ ਦੇਖਣਾ ਪੈਣਾ ਜੇ ਕਲਾਸ ਜ਼ਰੂਰੀ ਹੁੰਦੀ ਤਾਂ ਫਿਰ ਕਲਾਸ ਹੀ ਲਗਾਣੀ ਸੀਗੀ ਪਰ ਹੁਣ ਕਲਾਸ ਦੇ ਨਾਲੋਂ ਜ਼ਿਆਦਾ ਜ਼ਰੂਰੀ ਦੋ ਤਿੰਨ ਕੰਮ ਹੋਰ ਨੇ ਤੇ ਫਿਰ ਉਹ ਕਰਨ ਵਾਲੇ ਕੰਮ ਤੇ ਆਪਾਂ ਕਰਾਂਗੇ ਕਲਾਸ ਦੇਖੋ ਮੂਡਲ ਤੇ ਯਾਰ ਸਾਰਾ ਕੁਝ ਉਹਨ ਦਾ ਉੱਤਪਾੜ ਲਾਂਗੇ ਆ ਮੈਸੇ ਵੀ ਉਹਨਾ ਕੱਲ ਉਹਨਾਂ ਨੇ ਕੁਝ ਖਾਸ ਪੜਾਉਣਾ ਨਹੀਂ ਕਿਉਂਕਿ ਸਾਡਾ ਮਿਡਟਰਮ ਟੈਸਟ ਆ ਸਬਜੈਕਟ ਦਾ ਵੈਨਸਡੇ ਨੂੰ ਤੇ ਉਹਨਾਂ ਨੇ ਬਸ ਉਹਦਾ ਪੈਟਰਨ ਵਗੈਰਾ ਦੱਸੂਗੇ ਜਾਂ ਕੁਐਸਚਨਸ ਅਸੀਂ ਜੋ ਤੁਹਾਨੂੰ ਨਹੀਂ ਸਮਝ ਤਕਿਆ ਕੋਈ ਕੁਛ ਅਦਾਂ ਪੁੱਛਣਾ ਰਿਵੀਜ਼ਨ ਜਿਹਨੂੰ ਪੰਜਾਬੀ ਕਹਿੰਦੇ ਸੀ ਬਸ ਉਹ ਰਿਵੀਜ਼ਨ ਜੀ ਆਣੀਆ ਕੱਲ ਕਲਾਸ ਤੇ ਕੋਈ ਤੇ ਆ ਮੇਰੀ ਹਜੇ ਤੱਕ ਦੀ ਕੈਨੇਡਾ ਦੀ ਜਰਨੀ ਦਾ ਜਿਹੜਾ ਅੰਨੇ ਚੋੜ ਸੀਗਾ ਮੈਂ ਤੁਹਾਨੂੰ ਸੁਣਾ ਤਾ ਆਪਣੀ ਜ਼ੁਬਾਨੀ ਵੀਡੀਓ ਮੇਰੀ ਸੀਗੀ ਰਿਲੇਟਡ ਕਾਰ ਸ਼ਿਫਟ ਤੇ ਤੇ ਮੈਂ ਸੁਣਾ ਤੁਹਾਨੂੰ ਆਪਣੇ ਦਿਲ ਦੀਆਂ ਗੱਲਾਂ ਰਹੀਆਂ ਇਹਦੇ ਵਿੱਚ ਐਂਡ ਵਨ ਮੋਰ ਥਿੰਗ ਤੁਹਾਡੇ ਸਾਰਿਆਂ ਦੇ ਜਿਹੜੇ ਨੇ ਚੰਗੇ-ਚੰਗੇ ਕਮੈਂਟ ਆਉਂਦੇ ਆ ਨਾ ਲਵ ਯੂ ਆਲ ਮਤਲਬ ਸੱਚੀ ਬੜਾ ਵਧੀਆ ਲੱਗਦਾ ਤੁਹਾਡੇ ਸਾਰਿਆਂ ਦੇ ਕਮੈਂਟ ਪੜ੍ਹ ਕੇ ਮੈਨੂੰ ਮਤਲਬ ਮੇਰੇ ਇੰਨੇ ਕਿ ਸਬਸਕ੍ਰਾਈਬਰਸ ਨੇ ਵੀ ਨੇ ਤੇ ਬਟ ਜਦੋਂ ਕਮੈਂਟ ਪੜਦੀ ਹੈ ਨਾ ਤਾਂ ਫਿਰ ਬੜੀ ਵਧੀਆ ਫੀਲਿੰਗ ਆਉਂਦੀ ਹੈ ਬਹੁਤ ਚੰਗਾ ਲੱਗਦਾ ਵੀ ਹਾਂ ਮਤਲਬ ਮੇਰਾ ਜੋ ਮੈਂ ਅਪਲੋਡ ਕਰ ਰਹੀ ਹਾਂ ਵੀਡੀਓ ਤੁਹਾਨੂੰ ਇਨਫੋਰਮੇਟਿਵ ਲੱਗਦੀਆਂ ਆ ਵਾਓ ਅચ્છਾ ਲੱਗਾ ਮੈਨੂੰ ਇਹ ਬਹੁਤ ਔਰ ਯਾ ਕਿਉਂਕਿ ਇੱਥੇ ਵੀ ਮ ਇਕੱਲੀ ਹਾਂ ਤੇ ਮੈਂ ਜ਼ਿਆਦਾ ਫਰੈਂਡ ਨਹੀਂ ਬਣਾਉਂਦੀ ਮਤਲਬ ਇੰਟਰਵਰਟ ਟਾਈਪ ਦੀ ਹਾਂ ਪਰ ਮੈਨੂੰ ਇੱਥੇ ਕੈਮਰੇ ਅੱਗੇ ਬੋਲਣ ਚ ਪ੍ਰੋਬਲਮ ਨਹੀਂ ਹੁੰਦੀ ਕਿਉਂਕਿ ਪਤਾ ਨਹੀਂ ਬਸ ਮੈਨੂੰ ਨਹੀਂ ਪ੍ਰੋਬਲਮ ਹੁੰਦੀ ਤੇ ਮੈਂ ਇੱਥੇ ਫਿਰ ਜਿਹੜੀਆਂ ਗੱਲਾਂ ਬੋਲਦੀਆਂ ਦਿਲੋਂ ਹੀ ਬੋਲਦੀਆਂ ਮਤਲਬ ਕੋਈ ਸਕ੍ਰਿਪਟਡ ਗੱਲ ਨਹੀਂ ਕਰਦੀ ਤੇ ਫਿਰ ਤੁਹਾਨੂੰ ਮੇਰੀਆਂ ਦਿਲੋਂ ਬੋਲੀਆਂ ਗੱਲਾਂ ਚੰਗੀਆਂ ਲੱਗਦੀਆਂ ਜਦੋਂ ਫਿਰ ਮੈਨੂੰ ਚੰਗਾ ਲੱਗਦਾ